ਸਿੱਧੂ ਮੂਸੇਵਾਲੇ ਦਾ ਬਰਥਡੇ ਵੀ ਉਰੇ ਸੈਲੀਬ੍ਰੇਟ ਹੋਇਆ ਸੀਗਾ ਸਲਮਾਨ ਖਾਨ ਸੋ ਤੁਹਾਨੂੰ ਪਤਾ ਅਸੀਂ ਆਪਣੇ ਪਾਸਪੋਰਟ ਰੀਨਿਊ ਕਰਵਾਏ ਸੀ ਹਨਾ ਪਿੱਛੇ ਜੇ ਸਾਡੀ ਅਪਾਇੰਟਮੈਂਟ ਸੀਗੀ ਚੰਡੀਗੜ੍ਹ ਸਰ ਨੇ ਆਪਣਾ ਨਾਮ ਦੇ ਸਪੈਲਿੰਗ ਨੂੰ ਚੈੱਕ ਕੀਤੇ ਵਾਲਿਆਂ ਦੀ ਵੀ ਗਲਤੀ ਸੀ ਵੀਡੀਓ ਪਾਸਪੋਰਟ ਨਾਲ ਨਹੀਂ ਉਹਨਾਂ ਦੀ ਗਲਤੀ ਇਹ ਆ ਵੀ ਉਹਨਾਂ ਨੇ ਪੁਰਾਣਾ ਪਾਸਪੋਰਟ ਦਾ ਚੈੱਕ ਨਹੀਂ ਕੀਤਾ ਪੀਏਆਰ ਨਾਲ ਸਾਰੇ ਡਾਕੂਮੈਂਟਸ ਪੀਏਆਰ ਨਾਲ ਉਹਨਾਂ ਨੇ ਵੀ ਨਾਲ ਕਰਤਾ ਨਹੀਂ ਗਲਤੀ ਮੇਨ ਇੱਥੇ ਤੁਹਾਡੀ ਆ ਕਿਉਂਕਿ ਉਹ ਤਾਂ ਸਾਰੇ ਡਿਟੇਲਸ ਭਰਾ ਕੇ ਨਾ ਤੁਹਾਡੇ ਤੋਂ ਚੈੱਕ ਕਰਵਾਉਂਦੇ ਆ ਵੀ ਚੈੱਕ ਕਰ ਲਓ ਸਾਰਾ ਕੁਝ ਯਾਰ ਮੇਰਾ ਪਿੰਡ ਦਾ ਨਾਮ ਚੈੱਕ ਕਰੀ ਗਿਆ ਪੋਸਟ ਆਫਿਸ ਆਪਣਾ ਨਾਮ ਤਾਂ ਚੈੱਕ ਕੀਤਾ ਨਹੀਂ ਜਿਹੜੇ ਮੈਂ ਆਪਣਾ ਨਾਮ ਤਾਂ ਗਲਤ ਹੋ ਹੀ ਨਹੀਂ ਸਕਦਾ ਮੇਰਾ ਧਿਆਨ ਹੀ ਨਹੀਂ ਗਿਆ ਇਹ ਰੀਜਨਲ ਪਾਸਪੋਰਟ ਆਫਿਸ ਹੈ ਜਿਹੜਾ ਕਿ 34 ਸੈਕਟਰ ਚ ਆ 34 ਸੈਕਟਰ ਦੇ ਵਿੱਚ ਆ ਪਾਸਪੋਰਟ ਦੇ ਵਿੱਚ ਕੋਈ ਵੀ ਇਸ਼ੂ ਆਉਂਦਾ ਜੇ ਉਹਨਾਂ ਦੀ ਗਲਤੀ ਹੈ ਜਾਂ ਤੁਹਾਡੀ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਸਾਰੀਆਂ ਗਲਤੀਆਂ ਉਰੇ ਸੋਲਵ ਹੁੰਦੀਆਂ ਨੇ ਇਹ ਕਈ ਵਾਰ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਹਨਾ ਡੇਟ ਨਹੀਂ ਮਿਲਦੀ ਰੀਨਿਊ ਕਰਾਉਣ ਦੀ ਜਾਂ ਨਵੇਂ ਪਾਸਪੋਰਟ ਲਈ ਉਹ ਵੀ ਇੱਥੇ ਮਿਲ ਜਾਂਦੀ ਹੈ ਜਲਦੀ ਡੇਟ ਕੋਈ ਰੀਜ਼ਨ ਹੋਣਾ ਚਾਹੀਦਾ ਬਿਨਾਂ ਰੀਜ਼ਨ ਤੋਂ ਨਹੀਂ ਦਿੰਦੇ ਮੇਰੇ ਨਾਮ ਦੀ ਇਸ਼ੂ ਸੀਗਾ ਤਾਂ ਉਹਨਾਂ ਨੇ ਸੋਲਵ ਕਰਤਾ ਚਲੋ ਥੈਂਕ ਗੋਡ ਮੈਂ ਤਾਂ ਐਸੀ ਮੈਂ ਫਲਾਈਟ ਡਿਲੇ ਕਰਾਉਣੀ ਪਊਗੀ ਸੋ ਤੁਸੀਂ ਤਾਂ ਖੁਸ਼ ਹੋ ਗਏ ਸੀ ਮੈਂ ਕੀ ਖੁਸ਼ ਹੋਇਆ ਸੀ ਵੀ ਤਾਂ ਤੁਸੀਂ ਲੇਟ ਜਾਓਗੇ ਤੁਸੀਂ ਖੁਸ਼ ਹੋ ਗਏ ਸੀ ਐਵੇਂ ਨਹੀਂ ਕੋਈ ਗੱਲ ਨਹੀਂ ਯਾਰ ਅਸੀਂ 7 ਵਜੇ ਦੇ ਘਰੋਂ ਤੁਰੇ ਹੋਏ ਆ ਤੇ ਹੁਣ ਕਿੰਨੇ ਵਜ ਗਏ 2:15 ਤੇ ਆ ਪਹਿਲੀ ਚੀਜ਼ ਆ ਜਿਹੜੀ ਤੁਹਾਡੇ ਚ ਜਾ ਰਹੀ ਆ ਕੁਝ ਨਹੀਂ ਖਾਦਾ ਸੀ ਸਵੇਰ ਦਾ ਇੱਕ ਸਿੰਗਲ ਮਤਲਬ ਕਿ ਪਾਣੀ ਦੀ ਘੁੱਟ ਤੱਕ ਨਹੀਂ ਪੀਤੀ ਮੈਂ ਤਾਂ ਤੇ ਆ ਖਾ ਰਹੇ ਹੁਣ ਇਹ ਵੀ ਤਾਂ ਕਿਉਂਕਿ ਰਸਤੇ ਚ ਮਿਲ ਗਈ ਬਿਕਾਜ਼ ਸਵੇਰੇ ਅਸੀਂ ਸਿੱਧਾ ਪਾਸਪੋਰਟ ਆਫਿਸ ਗਏ ਉਸ ਤੋਂ ਬਾਅਦ ਇੰਦਰ ਦੀ ਅਪਾਇੰਟਮੈਂਟ ਸੀਗੀ ਰਿਵਾਈਵਾ ਹਨਾ ਜਿੱਥੇ ਇੰਦਰ ਦੇ ਹੇਅਰ ਟ੍ਰਾਂਸਪਲਾਂਟ ਹੋਇਆ ਸੀ ਇਹ ਤਾਂ ਚਲੋ ਫਿਰ ਵੀ ਠੀਕ ਨੇ ਜਿਹੜੇ ਮੇਰੇ ਐਕਚੁਅਲ ਵਾਲ ਸੀਗੇ ਜਿਹੜੇ ਹੈਗੇ ਸੀ ਮੇਰੇ ਪਹਿਲਾਂ ਉਹ ਪਤਲੇ ਹੋਣ ਲੱਗ ਗਏ ਸੀ ਤੇ ਥੋੜੇ ਥੋੜੇ ਝੜਨ ਲੱਗ ਗਏ ਸੀ ਤੇ ਮੇਰੇ ਕੋਲ ਆਇਆ ਸੀ ਮੈਂ ਕਿਹਾ ਮੈਂ ਹੁਣੇ ਤਾਂ ਲਵਾ ਕੇ ਗਿਆ ਇਹ ਕੀ ਚੱਕਰ ਆ ਵੀ ਝੜਨ ਲੱਗ ਗਏ ਉਹ ਕਹਿੰਦੇ ਇਹ ਏਜ ਦੇ ਹਿਸਾਬ ਨਾਲ ਝੜਨੇ ਹੀ ਨੇ ਤੇ ਜਿਹੜੇ ਬਾਹਰਲੀ ਕੰਟਰੀਜ਼ 'ਚ ਰਹਿੰਦੇ ਨੇ ਕਹਿੰਦੇ ਉਹਨਾਂ ਦੇ ਸਭ ਤੋਂ ਵੱਧ ਝੜਦੇ ਆ ਤੇ ਕਹਿੰਦੇ ਕਿਉਂਕਿ ਉੱਥੇ ਹਾਰਡ ਵਾਟਰ ਹੁੰਦਾ ਉਹਨਾਂ ਕੋਲ ਜ਼ਿਆਦਾਤਰ ਬਾਹਰਲੇ ਕਸਟਮਰਸ ਹੀ ਨੇ ਹਨਾ ਹਾਂ ਇਹ ਰਾਈ ਕਿ ਇਹਨਾਂ ਨਾਲ ਪਤਾ ਨਹੀਂ ਲੱਗਦਾ ਇਹਨਾਂ ਨੇ ਪਿਛਲੀ ਵਾਰ ਮੈਨੂੰ ਕਿਹਾ ਸੀ ਪੀਆਰਪੀ ਦਾ ਕੋਈ ਫਾਇਦਾ ਨਹੀਂ ਕਹਿੰਦੇ ਹੇਅਰ ਟ੍ਰਾਂਸਪਲਾਂਟ ਕਰਾ ਲਾ ਪੀਆਰਪੀ ਦਾ ਕੋਈ ਫਾਇਦਾ ਨਹੀਂ ਮੈਂ ਹੇਅਰ ਟ੍ਰਾਂਸਪਲਾਂਟ ਕਰਾ ਲਿਆ ਮੈਂ ਕਿਹਾ ਜੀ ਹੁਣ ਫੇਰ ਤਿੰਨ ਹੋਣ ਲੱਗੇ ਕਹਿੰਦੇ ਤੂੰ ਐਂ ਕਰ ਵੀ ਪੀਆਰਪੀ ਕਰਾ ਲਾ ਤਿੰਨ ਸੈਸ਼ਨ ਹੁਣ ਲੈ ਲਾ 15-15 ਦਿਨ ਬਾਅਦ ਵੈਸੇ ਤਾਂ ਉਹ ਮਹੀਨੇ ਮਹੀਨੇ ਵਰ ਕਹਿੰਦੇ ਹੁੰਦੇ ਆ ਪਰ ਕਹਿੰਦੇ ਟਾਈਮ ਘੱਟ ਆ ਤੇ ਟਾਈਮ ਘੱਟ ਆ ਕਹਿੰਦੇ 15 ਦਿਨਾਂ ਬਾਅਦ ਲੈ ਲਾ ਵੀ ਇੱਕ ਅੱਜ ਲੈ ਲੈ ਇੱਕ 15 ਦਿਨ ਬਾਅਦ ਲੈ ਇੱਕ ਜਾਣਵੇ ਲੈ ਲਈ ਐਵੇਂ ਜੇ ਲੈ ਲਾ ਸੈਸ਼ਨ ਮੈਂ ਕਿਹਾ ਜੀ ਫੇਰ ਕਹਿੰਦਾ ਉਸ ਤੋਂ ਬਾਅਦ ਹਰੇਕ 4-5 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਫੇਰ ਸੈਸ਼ਨ ਲਿਆ ਕਰੀ ਇਹਦਾ ਪੀਆਰਪੀ ਦਾ ਮੈਂ ਇਹ ਗਾਰੰਟੀ ਹੈ ਵੀ ਚੜਨ ਦੀ ਕਿੰਨਾ ਦਰਦ ਹੁੰਦਾ ਪਹਿਲਾਂ ਤਾਂ ਖੂਨ ਕੱਢਦੇ ਬੰਦੇ ਦਾ ਫਿਰ ਸਿਰ ਚਲਾਉਂਦੇ ਆ ਸਿਰ ਵਾਲਾ ਇੰਜੈਕਸ਼ਨ ਆਈ ਕਾਂਟ ਇਮੇਜਿਨ ਮੈਂ ਕਿਹਾ ਫੇਰ ਗਾਰੰਟੀ ਹੋਈ ਨਹੀਂ ਚੜਨਗੇ ਗਾਰੰਟੀ ਕਿਸ ਚੀਜ਼ ਦੀ ਗਾਰੰਟੀ ਤਾਂ ਕਿਸੇ ਚੀਜ਼ ਦੀ ਨਹੀਂ ਹੁੰਦੀ ਤਾਂ ਮੈਂ ਸੋਚਿਆ ਸੀਗਾ ਵੀ ਚਲ ਬਹਿ ਕੇ ਖਾਵਾਂਗੇ ਪਰ ਲੇਟ ਹੀ ਅਸੀਂ ਇੰਨੇ ਹੋ ਗਏ 2-3 ਕੰਮ ਹੋਰ ਨੇ ਤੂੰ ਕੋਕਨਟ ਲਾ ਦੋ ਸਭ ਦੋਨਾਂ ਹੀ ਚੀਜ਼ਾਂ ਮੈਂ ਬਹੁਤ ਜ਼ਿਆਦਾ ਖਾ ਲੈਂਦੀ ਸੀ ਅੱਜ ਫੇਰ ਖਾ ਲਈਆਂ ਹਾਂਜੀ ਅਪਡੇਟ ਅਸੀਂ ਹੁਣ ਬਾਈ ਜ਼ਿਆਦਾ ਥੱਕ ਚੁੱਕੇ ਹਾਂ ਨੀਂਦ ਨਹੀਂ ਨਾ ਪੂਰੀ ਹੁੰਦੀ ਮਤਲਬ ਐਵੇਂ ਜਿਹਾ ਹੀ ਲੱਗਦਾ ਆ ਹੁਣ ਅਸੀਂ ਸਲਾਹ ਬਣਾਈ ਹੈ ਕਿ ਅੱਜ ਅਸੀਂ ਉਰੇ ਰਹਾਂਗੇ ਚੰਡੀਗੜ੍ਹ ਆ ਸਰ ਜੀ ਸਾਡੇ ਬਾਈ ਤਾਂ ਦੀ ਚੱਲਦੇ ਨੇ ਕਹਿੰਦੇ ਆਪਾਂ ਸੁੱਖ ਵੇਲਾ ਰਹਾਂਗੇ ਚੱਲ ਕਦੇ ਫੇਰ ਜਾਵਾਂਗੇ ਅੱਜ ਵੈਸੇ ਵੀ ਥੱਕੇ ਹੋਏ ਆ ਤੇ ਚਲੋ ਇੱਥੇ ਰਹਿਣਾ ਵੀ ਆ ਫਿਰ ਉੱਥੇ ਰਹਿ ਜਾਂਦੇ ਮੈਂ ਤੁਹਾਨੂੰ ਸਾਰਾ ਦੱਸ ਦਿਆ ਵੀ ਕਿੰਨੇ ਦਾ ਰੂਮ ਮਿਲਦਾ ਕੀ ਹਿਸਾਬ ਕਿਤਾਬ ਆ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਐਕਸਪੀਰੀਅੰਸ ਆ ਸਾਰਾ ਕੁਝ ਸ਼ੇਅਰ ਕਰਾਂਗੇ ਐਂਟਰੀ ਹੋ ਗਈ ਹੈ ਖੁੱਲਾ ਮਿਲ ਗਿਆ ਯੈਸ ਅੱਜ ਖੁੱਲਾ ਮਿਲ ਗਿਆ ਦਿਨੇ ਐਦਾਂ ਐਂਟਰੀ ਤੇ ਸੋਹਣਾ ਲੱਗ ਰਿਹਾ ਰਿਲੈਕਸਿੰਗ ਜਿਹਾ 30,798 ਰੁਪਏ ਦਾ ਰੂਮ ਪਿਆ ਇੱਥੇ ਪਤਾ ਕਰਦਾ ਸੀ ਇੱਥੇ 29,000 ਦਾ ਵਿਦਆਊਟ ਟੈਕਸਿਸ ਸੀਗਾ ਹੁਣ ਮੈਨੂੰ 30,798 ਦਾ ਵਿਦ ਬ੍ਰੇਕਫਾਸਟ ਇਨਕਲੂਡਿੰਗ ਟੈਕਸਿਸ ਮਿਲਿਆ ਦਿਨੇ ਵੀ ਬਾਹਲਾ ਵਧੀਆ ਮਾਹੌਲ ਆ ਯਾਰ ਹਾਂ ਹੋਰ ਨਾ ਕੁਛ ਕੱਪੜੇ ਬਾਈ ਚ ਸੱਚੀ
ਅਸੀਂ ਪਹਿਲਾਂ ਸੋਚ ਰਹੇ ਸੀ ਵੀ ਇੱਥੇ ਜਾਵਾਂਗੇ ਬਟ ਇਹ ਬੱਚਿਆਂ ਲਈ ਆ ਕਿੰਨੀ ਕਿਊਟ ਆ ਨਾ ਹਾਂ ਉਹਨੂੰ ਗੋਲਫ ਕਾਰਟ 'ਤੇ ਅਸੀਂ ਰੂਮ ਤੱਕ ਜਾਵਾਂਗੇ ਆ ਕੇ ਲੋਕੇਸ਼ਨ 'ਤੇ ਕਿੰਨੇ ਵਧੀਆ ਬਣੇ ਹੋਏ ਆ ਨਾ ਸਕੂਨ ਆ ਸਕੂਨ ਸੱਚੀ ਇੰਨਾ ਜ਼ਿਆਦਾ ਸੋਹਣਾ ਮਤਲਬ ਕਿ ਨਾ ਐਕਚੁਅਲ ਵਾਲੀ ਸ਼ਾਂਤੀ ਨਹੀਂ ਹੁੰਦੀ ਜਿਹੜੀ ਤੇ ਇੰਨੀ ਕਾਮਨੈਸ ਉਹਰੇ ਇਹ ਰੋਇਲ ਵਾਲੀ ਰੋਇਲ ਫੀਲਿੰਗ ਵਾਲੀ ਸ਼ਾਂਤੀ ਆ ਕਿ ਇੰਨਾ ਜ਼ਿਆਦਾ ਸੋਹਣਾ ਰੋਣਾ ਤੁਹਾਨੂੰ ਰੋਮ ਟੋਰ ਦਿੰਦੇ ਹਾਂ ਠੀਕ ਹੈ ਫਟਾਫਟ ਸੋ ਇਹ ਆ ਜੀ ਬੈੱਡ ਜੋ ਕਿ ਬਹੁਤ ਹੀ ਜ਼ਿਆਦਾ ਘੈਂਟ ਆ ਜੇ ਇਹਦੇ ਪਰਦੇ ਜੇ ਹੁੰਦੇ ਆਸੇ ਪਾਸੇ ਹੋ ਵੀ ਜਾ ਘੈਂਟ ਬਣਾ ਸੀ ਦੈਨ ਦਾ ਬੈਸਟ ਪਾਰਟ ਆ ਜਿਹੜੀ ਵਿੰਡੋ ਆ ਆਹ ਲੈ ਕੇ ਮੈਨੂੰ ਇੰਨਾ ਘੈਂਟ ਲੱਗਦਾ ਹੁੰਦਾ ਨਾ ਅਤੇ ਇੱਧਰ ਹੈਗਾ ਟੀ ਵੀ ਇੱਕ ਇਹਨਾਂ ਨੇ ਜਿਹੜਾ ਐਂਟੀ ਕੈਬਨਿਟ ਲਾਇਆ ਆ ਵੀ ਮੈਨੂੰ ਜਿਹੜਾ ਐਂਟੀਕ ਟੱਚ ਵਾਲੀ ਕਿਹੜੀ ਵੀ ਚੀਜ਼ ਹੋ ਜਾਏ ਨਾ ਵਿੰਟੇਜ ਬਸ ਮੈਨੂੰ ਘੈਂਟ ਲੱਗਦੀ ਆ ਪੱਖਾ ਦੇਖੋ ਤੁਸੀਂ ਹੈ ਤਾਂ ਇਹ ਨਵੇਂ ਬਣੇ ਬਟ ਐਂਟੀਕ ਟੱਚ ਚ ਹੈ ਨਾ ਸੋ ਘੈਂਟ ਲੱਗਦੀ ਆ ਚੀਜ਼ ਇੱਥੇ ਇੰਦਰ ਕੰਮ ਕਰਨਗੇ ਮੈਂ ਅੱਧਾ ਕੰਮ ਕਰਤਾ ਅੱਜ ਦਾ ਅਤੇ ਅੱਧਾ ਇੰਦਰ ਕਰਨਗੇ ਹੁਣ ਬੈਠ ਕੇ ਇਹ ਪਤਾ ਨਹੀਂ ਮੈਨੂੰ ਐਕਚੁਅਲ 'ਚ ਫਾਇਰ ਪਲੇਸ ਤਾਂ ਨਹੀਂ ਲੱਗ ਰਹੀ ਇਹ ਜਸਟ ਡੈਕੋਰੇਸ਼ਨ ਲੱਗ ਰਹੀ ਆ ਮੈਨੂੰ ਵੈਸੇ ਆਹ ਕੋਲੇ ਤਾਂ ਪਏ ਆ ਮੈਨੂੰ ਲੱਗਦਾ ਲੱਗ ਨਹੀਂ ਸਕਦੀ ਆ ਆਪਾਂ ਜੀਰੋ ਨਹੀਂ ਹੋਇਆ ਤਾਂ ਗਰਮੀ ਇੰਨੀ ਹੋ ਗਈ ਇੱਕ ਮੈਂ ਕਿਹਾ ਰੋਇਲ ਫਰੇਮਸ ਲਾਏ ਹੋਏ ਨੇ ਇੱਧਰ ਆ ਬੈੱਡ ਦੇ ਉੱਪਰ ਆ ਆਪਣੇ ਸਲਿੱਪਰ ਦੇਖਾਂ ਇਹ ਸਲਿੱਪਰ ਕਹੇ ਜੇ ਨੇ ਮੂੰ ਚਿੱਟੇ ਰੰਗ ਦੇ ਹੁੰਦੇ ਸਾਰੇ ਕਿਤੇ ਹਾਂ ਕ੍ਰੀਮ ਕਲਰ ਦੇ ਅਸ ਕਹਿੰਦੇ ਸੋਹਣੇ ਨਹੀਂ ਹੈਗੇ ਦੈਨ ਆ ਜੇ ਕਾਮਰਾ ਨੂੰ ਡਿਜ਼ਾਈਨ ਦਾ ਸੋਹਣਾ ਲੱਗਦਾ ਹੁੰਦਾ ਐਨੀਥਿੰਗ ਰੋਇਲ ਆਈ ਲਾਈਕ ਆਈ ਲਵ ਤੇ ਆ ਇਹ ਜੀ ਡਰੈਸਿੰਗ ਤੇ ਆ ਉਹਨੂੰ ਡਰਾਇਰ ਦਿੱਤਾ ਹੋਇਆ ਬਾਕੀ ਇਹਨਾਂ ਨੇ ਆਹ ਬੈਗਸ ਦਿੱਤੇ ਹੋਏ ਆ ਲਾਂਡਰੀ ਲਈ ਦਿੱਤਾ ਹੋਇਆ ਡਰਾਈ ਕਲੀਨ ਲਈ ਪ੍ਰੈਸਿੰਗ ਲਈ ਅਲੱਗ ਅਲੱਗ ਬੈਗਸ ਦਿੱਤੇ ਹੋਏ ਨੇ ਇਹ 'ਚ ਕੱਪੜੇ ਪਾ ਕੇ ਦੇ ਦਿਓ ਹਨਾ ਤੁਸੀਂ ਦੈਨ ਆਹ ਲਾਈਟਸ ਇਹਦਾ ਆਪਾਂ ਵੀ ਸੇਮ ਲਾਈਆਂ ਹੋਈਆਂ ਨੇ ਰੂਮ 'ਚ ਇਹ ਜਿਹੀਆਂ ਖੋਲ ਤਾਂ ਦੇ ਪਹਿਲੇ ਯੂ ਆਰ ਨਾਟ ਰੈਡੀ ਫॉर ਦਿਸ ਅੰਦਰ ਆਈ ਯੂ ਰੈਡੀ ਲੁੱਕ ਓ ਵਾਓ ਉਹ ਨਾ ਕਿੰਨਾ ਘੈਂਟਾ ਉਹ ਬੈਕ ਸਾਈਡ ਕਿੰਨੀ ਸੋਹਣੀ ਆ ਉਹ ਕਹਿ ਰਹੀਆਂ ਨਾਲ ਟੱਪ ਦੇ ਆਟੋ ਸੀਟ ਲੱਗੀ ਹੋਈ ਆ ਬਟਨ ਵਗੈਰਾ ਲੱਗੇ ਹੋਏ ਆਟੋਮੈਟਿਕ ਆ ਸਾਰਾ ਕੁਝ ਖਜ਼ਾਨਾ ਤਾਂ ਹੈ ਨੀਗਾ ਖਜ਼ਾਨਾ ਤਾਂ ਅਸੀਂ ਲਾਤਾ ਰੂਮ ਤੇ ਸਾਰਾ ਖਜ਼ਾਨਾ ਲਾਤਾ ਕਹਿੰਦੇ ਆ ਵੀ ਆਪਾਂ ਮਹਿੰਗਾ ਬਟ ਉਹ ਵੀ ਤਾਂ ਹੈਗਾ ਨਾ ਐਕਸਪੀਰੀਅੰਸ ਘੈਂਟ ਤੇ ਵਧੀਆ ਕਿ ਸਭ ਕੁਛ ਦੇਖ ਲੈਣਾ ਜੇ ਚੋਕੋ ਤਾਂ ਗਈ ਲੈ ਸੋ ਹੁਣੇ ਬਸ ਅਸੀਂ ਅੱਧਾ ਘੰਟਾ ਰੁਕ ਕੇ ਸਾਨੂੰ ਬੱਗੀ ਲੈਣ ਆਊਗੀ ਤੇ ਸਾਰਾ ਅਸੀਂ ਦੇਖਾਂਗੇ ਉਹ ਬਾਹਰੋਂ ਸਾਰਾ ਕੁਝ ਇਹ 25 ਏਕਰ ਜ਼ਮੀਨ 'ਚ ਬਣਿਆ ਹੋਇਆ ਸਾਰੀ ਇਹ ਪ੍ਰੋਪਰਟੀ ਆ ਜਿਹੜੀ 60 ਰੂਮਸ ਮੈਂ ਪੁੱਛਿਆ ਸੀ ਇਹ 'ਚ ਕੀ ਹੋਣਾ ਆ ਕੁਛ ਨਹੀਂ ਹੈਗਾ ਚਾਦਰ ਹੈ ਇਹ ਆ ਜੀ ਸਾਡਾ ਅੱਜ ਦਾ ਰੂਮ ਤੇ ਘੈਂਟ ਗੱਲਬਾਤ ਆ ਪੂਰੀ ਇਹ ਤਾਂ ਇਹਨਾਂ ਦਾ ਸਟਾਰਟਿੰਗ ਜਿਹੜਾ ਰੂਮ ਆ ਉਹ ਆ ਬਾਕੀ ਇਹਨਾਂ ਦੇ 6 ਲੱਖ ਤੱਕ ਰੂਮ ਆ 6 ਲੱਖ ਮੈਂ ਕਿਹਾ ਆਹ ਪਤਾ ਨਹੀਂ ਕੀ ਆ ਇੰਦਰ ਕਹਿੰਦੇ ਵਾਟਰ ਬੋਟਲ ਲਾਉਣੀ ਮੈਂ ਕਿਹਾ ਇਹਦੇ ਵਿੱਚ ਚਿੱਠੀ ਆ ਚਿੱਠੀ ਆਈ ਹੈ ਚੌਥੀ ਨਹੀਂ ਆਈ ਇਹ ਤਾਂ ਮੈਂ ਨਹੀਂ ਆਈ ਇਹ ਪ੍ਰਾਪਰਟੀ ਦੇਖਣ ਲਈ ਆਹ ਬਹੁਤ ਸੋਹਣਾ ਵਿਊ ਹੈ ਇਧਰੋਂ ਸੋ ਗਾਇਸ ਹੁਣ ਅਸੀਂ ਸਾਰੀ ਪ੍ਰਾਪਰਟੀ ਦੇਖਾਂਗੇ 8000 ਏਕਰਸ ਆਫ ਫੋਰੈਸਟ ਓਕੇ ਐਂਡ ਵੀ ਹੈਵ 3 ਬਲੌਕਸ ਏ ਬੀ ਐਂਡ ਸੀ ਦਿਸ ਇਜ਼ ਦਾ ਏ ਬਲੌਕ ਬੀ ਬਲੌਕ ਇਜ਼ ਇਨ ਦਾ ਫੋਰੈਸਟ ਬਲੌਕ ਵੇਅਰ ਕਲਮ ਰੈਸਟੋਰੈਂਟ ਇਜ਼ ਐਂਡ ਥਰਡ ਵਨ ਇਜ਼ ਦਾ ਥਰਡ ਬਲੌਕ ਇਜ਼ ਸਪਾ ਬਲੌਕ
this is our main Buland Darwaza, from where you can check in on the morning. Yeah. This is our basically the main porch. Okay. From on the left side, where all the check-ins have been done, your baggages, your cars, and everything. We have a valet service for that. Or a valet parking. This is the main porch. We take a lift from this. We have a one banquet with us, which is known as a Darbar Hall. Darbar Hall. Darbar Hall. Yeah. This is the entrance of the banquet. Banquet hall. Okay. This is called the banquet porch, and that is a Darbar Hall. The maximum you can gather around 160 to 180 people around this. Okay. And on the right side of this, we had a banquet courtyard. If you want to do something in the open air, okay, we also have a space for that. So it's mainly for the weddings. Yeah. Wedding or a small get together, something like that. Yeah, right. So now we come to the C block, which is known as a spa block. Spa block. This is a spa. On the right side, this is a spa. One of the world's best spa. Yeah. Best and the finest spa. Yeah. Special premium room with the private pool and the garden. ਜਿਹੜਾ private pool ਨਾਲ room ਆ ਉਹ ਹੈਗਾ 40 to 50k. ਤੁਸੀਂ ਇਹੀ ਚੱਕਦੇ. ਕਿੰਨਾ ਸਨਸੈਟ ਕਿੰਨਾ ਸੋਹਣਾ ਲੱਗਦਾ ਨਾ ਇੱਥੋਂ. Here is the spa. ਤੇ ਏਸ਼ੀਆ ਦਾ best and finest spa. ਕਿੰਨੀ ਸੋਹਣੀ ਜਗ੍ਹਾ ਨਾ. Every morning we have a 30-40 minutes yoga. Guys, puri luxury feeling. Puri luxury. Puri king type feeling, na? Okay, that's nice. ये है का relaxing lounge and a small library. ਜਿਹੜਾ ਸਪਾ ਵਾਲਾ ਪੂਰਾ ਏਰੀਆ ਬਣਿਆ ਹੋਇਆ ਇਹ ਪ੍ਰੋਪਰ ਰਿਲੈਕਸਿੰਗ ਜਿਹਾ ਬਣਿਆ ਹੋਇਆ ਉਦਾਂ ਦੀ ਲਾਇਬ੍ਰੇਰੀ ਬਣ ਸਿੱਧੂ ਮੂਸੇਵਾਲੇ ਦਾ ਬਰਥਡੇ ਵੀ ਉਰੇ ਸੈਲੀਬ੍ਰੇਟ ਹੋਇਆ ਸੀਗਾ ਸਲਮਾਨ ਖਾਨ ਦੀ ਮੋਮ ਦਾ ਬਰਥਡੇ ਉਰੇ ਸੈਲੀਬ੍ਰੇਟ ਹੋਇਆ ਸੀਗਾ ਤੇ ਹੋਰ ਜੈਕੀ ਸ਼ਰਾਫ ਵੀ ਆ ਗਿਆ ਥੋੜੇ ਦਿਨ ਪਹਿਲਾਂ ਤੇ ਰਾਜਕੁਮਾਰ ਰਾਓ ਦੀ ਵੈਡਿੰਗ ਵੀ ਉਰੇ ਗਈ ਸੀ ਤੇ ਕਾਫੀ ਸੈਲੀਬ੍ਰਿਟੀਜ਼ ਆਉਂਦੇ ਆ ਉਹਦੇ ਸੱਚੀ ਬਹੁਤ ਸੋਹਣੀ ਪਲੇਸ ਆ ਸੀਰੀਅਸਲੀ ਆਈ ਮੀਨ ਕਿਤੇ ਹੋਰ ਰਾਜਸਥਾਨ ਵਗੈਰਾ ਜਾਣ ਦੀ ਲੋੜ ਨਹੀਂ ਆ ਸੱਚੀ ਸੀਰੀਅਸਲੀ ਵੈਰੀ ਬਿਊਟੀਫੁਲ ਮੈਨ ਜਿਹੜਾ ਉਦ ਬਿਲਾਸ ਆ ਉਸ ਤੋਂ ਵੀ ਸੋਹਣਾ ਆਪਾਂ ਉੱਥੇ ਵੀ ਰਹਿ ਕੇ ਦੇਖਾਂਗੇ ਉਲਟਰਾ ਅਸੀਂ ਤੁਹਾਨੂੰ ਦਿਖਾਉਂਦੇ ਟਰਾਈ ਕਰਾਂਗੇ ਚੈਲੋ ਟਈ ਆਈ ਥਿੰਕ ਇੱਕ ਦਿਨ ਇਨਫ ਨਹੀਂ ਹੈਗਾ ਉਰੇ ਤੁਹਾਨੂੰ ਚਾਹੀਦੇ ਆ ਦੋ ਤਿੰਨ ਦਿਨ ਐਸੇ ਕਾਨਨ ਰੈਸਟੋਰੈਂਟ ਆ ਤੇ ਸਿਰਫ ਡਿਨਰ ਲਈ ਖੁੱਲਦਾ 5 ਤੋਂ 6 ਲੱਖ ਰੁਪਏ ਪਰ ਨਾਈਟ ਸੋ ਇਹ ਸਭ ਤੋਂ ਜ਼ਿਆਦਾ ਐਕਸਪੈਂਸਿਵ ਜਿਹੜਾ ਹੈਗਾ ਆ ਨਾ ਏਰੀਆ ਇਹ ਆ ਲਾਈਕ ਰੂਮ ਤੇ ਇਹਦੇ ਵਿੱਚ ਪ੍ਰਾਈਵੇਟ ਪੂਲ ਆ ਪ੍ਰਾਈਵੇਟ ਗਾਰਡਨ ਆ ਬਾਕੀ ਉਹ ਕਹਿੰਦੇ ਕਿ ਹੋ ਸਕਦਾ ਸੀ ਅੰਦਰੋਂ ਦਿਖਾ ਦਿੰਦਾ ਸੋ ਪ੍ਰਾਈਵੇਟ ਗਾਰਡਨ ਪ੍ਰਾਈਵੇਟ ਪੂਲ 3 ਬੀ ਐਚ ਕੇ ਇਟਸ 3 ਬੀ ਐਚ ਕੇ ਯਾ ਬੇਸਿਕਲੀ 3 ਰੂਮਸ ਇਨ ਇਟ ਵਿਦ ਅ ਲਿਵਿੰਗ ਰੂਮ ਓਕੇ ਸੋ ਗਾਇਸ ਅੰਦਰ ਥੋੜੀ ਮੇਨਟੇਨੈਂਸ ਚੱਲ ਰਹੀ ਆ ਤਾਂ ਕਰਕੇ ਅਸੀਂ ਵਿਖਾ ਨਹੀਂ ਸਕਦੇ ਇਸ ਸਾਈਡ ਤੇ ਹੈਗਾ ਪ੍ਰਾਈਵੇਟ ਗਾਰਡਨ ਇਹ ਟੈਂਟ ਹਾਊਸਿਸ ਨੇ ਰਾਤ ਨੂੰ ਉਸ ਤੋਂ ਵੀ ਸੋਹਣਾ ਲੱਗਦਾ He didn't told me like we are staying here. Okay. So I didn't bring any clothes or something like that. So I have to shop. You must shop. Yes. ਜੇ ਤੁਸੀਂ ਸਕੂਰ ਬਦਲਾ ਹੁੰਦਾ ਆ ਤਾਂ ਇੱਥੇ ਸਟੇ ਕਰਨਾ ਪਸੰਦ ਕਰਦਾ ਲਗਜ਼ਰੀ ਵਿਲਾ ਦੇ ਵਿੱਚ ਇਹ ਆ ਜੀ ਪ੍ਰਾਈਵੇਟ ਪੂਲ ਲਗਜ਼ਰੀ ਵਿਲਾ ਦਾ ਇਸ ਸਾਈਡ ਜਾ ਕੇ ਆ ਸਵਿਮਿੰਗ ਪੂਲ ਐਂਡ ਅਦਰ ਕਿਡਸ ਪਲੇ ਏਰੀਆ ਸੋ ਗਾਇਸ ਇਹ ਆ ਜੀ ਪੂਲ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਮੋਰ ਬੈਠੇ ਹੁੰਦੇ ਨੇ ਯਾਰ ਓਕੇ ਇਹ ਆ ਜੀ ਫਿਟਨੈਸ ਸੈਂਟਰ ਬਹੁਤ ਜ਼ਿਆਦਾ ਸੋਹਣਾ ਹੈਲੋ ਦੇਰ ਇਜ਼ ਅ ਰੋਜ਼ ਇਨ ਐਵਰੀ ਵਾਸ਼ਰੂਮ ਲਾਈਕ ਯਾ ਓਕੇ ਸੋ ਇਫ ਯੂ ਡੋਨਟ ਨੀਡ ਟੂ ਫਰ ਅ ਰੋਜ਼ ਆਈ ਕੈਨ ਟੇਕ ਇਟ ਫਰਮ देयर ਓਕੇ ਲਾ ਲੈ ਕਰਕੇ ਤੇ ਜਿਮ ਜੰਕ ਫੂਡ ਖਾਣ ਵਾਲੇ ਹੁੰਦੇ ਆ ਇਡਲੀ ਐਂਡ ਪੋਹਾ ਉਹ ਫਿਰ ਵੀ ਹੋਣਾ ਜਾਂਦਾ ਬਟ ਮੈਂ ਪੂਰੀ ਫਾਸਟ ਫੂਡ ਖਾਣ ਵਾਲੀ ਬਣਦੀ ਹਾਂ ਸੀ ਰੂਮ ਚ ਵਾਪਿਸ ਆ ਗਏ ਤੇ ਇਹ ਹੁਣ ਉਦੋਂ ਵੀ ਸੋਹਣਾ ਲੱਗ ਰਿਹਾ ਕਿੰਨੂ ਲਾਈਟਸ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਸੋ ਹੁਣ ਅਸੀਂ ਆ ਗਏ ਆਪਣੇ ਰੂਮ ਦੇ ਵਿੱਚ ਤੇ ਹੋਰ ਵੀ ਸੋਹਣਾ ਲੱਗ ਰਿਹਾ ਰਾਤ ਨੂੰ ਲਾਈਟਸ ਦੇ ਨਾਲ ਹੁਣ ਅਸੀਂ ਚੱਲੇ ਮੋਹਾਲੀ ਸ਼ਾਪਿੰਗ ਕਰਨ ਵੈਸੇ ਤਾਂ ਅਸੀਂ ਮੈਂ ਕਿੰਨੂ ਨੂੰ ਕਹਿ ਰਿਹਾ ਸੀ ਆਪਾਂ ਰੈਸਟੋਰੈਂਟ ਚੱਲਾਂਗੇ ਬਟ ਕਿੰਨੂ ਕਹਿੰਦੀ ਨਹੀਂ ਮੈਨੂੰ ਸ਼ਾਪਿੰਗ ਚਾਹੀਦੀ ਹੈ ਮੈਨੇ ਸਵੇਰੇ ਫੋਟੋਆਂ ਖਿੱਚਣੀਆਂ ਨੇ ਮੈਨੂੰ ਆਊਟਫਿਟ ਚਾਹੀਦਾ
ਤੇ ਮੈਂ ਚਲ ਮੰਨ ਗਿਆ ਮੈਂ ਕਿਹਾ ਚਲ ਵੀ ਰੈਸਟੋਰੈਂਟ ਤਾਂ ਬਿਨਾ ਰੂਮ ਬੁੱਕ ਕੀਤੇ ਵੀ ਆ ਸਕਦੇ ਆ ਰੂਮ ਦੁਆਰੇ ਦੁਆਰੇ ਨਹੀਂ ਬੁੱਕ ਹੋਣਾ ਅਸੀਂ ਪਹੁੰਚ ਕੇ ਗੱਡੀ ਵੀ ਪਹੁੰਚ ਗਈ